5 मई को लुधियाना में पंजाब के गवर्नर महाराजा जस्सा सिंह रामगढ़िया की 300वीं जयंती समारोह की अध्यक्षता करेंगे। इस बार महाराजा जस्सा सिंह रामगढ़िया का जन्म दिवस भारत के पूर्व राष्ट्रपति ज्ञानी जैल सिंह के जन्म दिवस के साथ मनाया जाएगा। लुधियाना में पहली बार महाराजा जस्सा सिंह रामगढ़िया के पोर्ट्रेट की एक एग्जीबिशन भी प्रदर्शित की जाएगी। डॉक्टर हरचरण सिंह रनौता ने जस्सा सिंह रामगढ़िया के इतिहास और विरासत के बारे में बताया। उन्होंने बताया कि पंजाब सरकार से चंडीगढ़ के आसपास हो सके तो एयरपोर्ट चौक पर महाराजा जस्सा सिंह रामगढ़िया की मूर्ति लगवाने की इजाजत भी मांगी गई है। इंद्रजीत सिंह बब्बू ने 5 मई 2023 को प्रतिबद्धता में होने वाले एक विशाल उत्सव की जानकारी दी, जिसमें पंजाब और हरियाणा के राज्यपाल, व्यवसायी और रामगढ़िया समुदाय के नेता शामिल होंगे। डॉक्टर हरचरण सिंह रनौत ने मीडिया के माध्यम से लोगों से 5 मई को पहुंचकर इस विशाल और ऐतिहासिक घटना का हिस्सा बनने की अपील की। ਇਹ ਜੀ 5 ਮਈ ਤੋਂ ਸ਼ੁਰੂ ਹੋ ਰਿਹਾ। ਗਵਰਨਰ ਸਾਹਿਬ ਇਸ ਫੰਕਸ਼ਨ ਦੇ ਚੀਫ ਗੈਸਟ ਹੈ। ਲੁਧਿਆਣੇ ਗੁਰੂ ਨਾਨਕ ਸਟੇਡੀਅਮ 'ਚ ਪ੍ਰੋਗਰਾਮ ਹੋ ਰਿਹਾ, ਇਹ ਗੁਰੂ ਨਾਨਕ ਭਵਨ। ਇਹ ਪ੍ਰੋਗਰਾਮ ਚੱਲੇਗਾ ਪੂਰਾ 1 ਸਾਲ। ਅਗਲੇ ਮਹੀਨੇ ਸ਼ਾਇਦ ਅਸੀਂ ਦਿੱਲੀ ਜਾਵਾਂਗੇ ਵਿਦ ਦੀ PM ਹਾਊਸ, ਜਿੱਥੇ ਅਸੀਂ ਜਾ ਕੇ ਪਲੈਨ ਕਰ ਰਹੇ ਹਾਂ 2 ਬੁੱਕਸ ਰਿਲੀਜ਼ ਕਰਾਉਣ ਦੀ। ਇੱਕ ਆਰਟ ਗੈਲਰੀ ਆ, ਆਰਟ ਗੈਲਰੀ ਤੋਂ ਉਦਘਾਟਨ ਗਵਰਨਰ ਸਾਹਿਬ ਕਰਨਗੇ। ਇੱਕ ਸਟੈਚੂ ਲੱਗ ਗਿਆ ਮੁਹਾਲੀ, CM ਸਾਹਿਬ ਉਹ ਸਟੈਚੂ ਦਾ ਮਤਲਬ ਅੱਗੇ ਇਨੋਗਰੇਸ਼ਨ ਕਰਨਗੇ। ਇਸ ਤੋਂ ਇਲਾਵਾ ਅਸੀਂ ਇਹਦੇ ਵਿੱਚ ਵੀ ਰਿਕੁਐਸਟਡ CM ਕਿ ਸਾਨੂੰ ਇੱਕ ਚੇਅਰ ਸਥਾਪਿਤ ਕੀਤੀ ਜਾਵੇ ਕਿਸੇ ਯੂਨੀਵਰਸਿਟੀ ਦੇ ਵਿੱਚ, ਉਹ ਅਵੇਟਡ ਹੈ ਹਜੇ। ਸੋ ਇਹ ਪੂਰਾ ਸਾਲ ਸਾਡਾ ਪ੍ਰੋਗਰਾਮ ਚੱਲਣਾ ਜੀ। ਹਰ ਮਹੀਨੇ ਕੋਈ ਨਾ ਕੋਈ ਪ੍ਰੋਗਰਾਮ ਕਿਸੇ ਨਾ ਕਿਸੇ ਡਿਫਰੈਂਟ ਸ਼ਹਿਰ ਦੇ ਵਿੱਚ। ਦਿੱਲੀ ਵੀ ਜਿਹੜੀਆਂ ਬੁੱਕਸ ਇਨੋਗਰੇਸ਼ਨ ਹੋਣੀਆਂ, ਦੈਟ ਵਿਲ ਬੀ ਫਰੋਮ ਦਾ PM। ਇਹ ਜਿਹੜੀ ਆਰਟ ਗੈਲਰੀ ਆ ਨਾ ਜੀ, ਇਹ ਹਾਂਜੀ ਹਾਂਜੀ ਨੋਰਮਲੀ ਕੀ ਹੁੰਦਾ ਜੀ ਕਿ ਕੋਈ ਵੀ ਵੱਡਾ ਲੀਡਰ, ਕੋਈ ਵੀ ਵੱਡਾ ਜਿਹੜੇ ਪੁਰਾਣੇ ਹਿਸਟੋਰੀਅਨ ਆ, ਉਹਨਾਂ ਦੀਆਂ ਫੋਟੋਗ੍ਰਾਫਸ ਬਹੁਤ ਹੁੰਦੀਆਂ ਆ, ਉਹ ਪੋਰਟਰੇਟ ਬਣੇ ਹੁੰਦੇ ਆ। ਮਹਾਰਾਜਾ ਜੱਸਾ ਸਿੰਘ ਉਹਨਾਂ ਦੇ ਪੋਰਟਰੇਟਸ ਬਹੁਤ ਘੱਟ ਨੇ, ਕੰਮ ਉਹਨਾਂ ਨੇ ਬਹੁਤ ਕੀਤਾ। ਸੋ ਅਸੀਂ ਤਕਰੀਬਨ 30 ਪੋਰਟਰੇਟ ਤਿਆਰ ਕਰਵਾਏ ਨੇ ਉਹਨਾਂ ਦੇ, ਹਿਸਟਰੀ 'ਚੋਂ ਕੱਢ ਕੇ, ਸਟੋਰੀਜ਼ ਕੱਢ ਕੇ। ਅਤੇ ਉਹਦੇ 'ਚੋਂ ਬਹੁਤ ਵੱਡੇ ਵੱਡੇ ਆਰਟਿਸਟ, ਅਸੀਂ ਕੁਝ ਸਿੰਗਾਪੁਰ ਦੇ ਆਰਟਿਸਟ ਨੇ ਜਿਹੜੇ ਕਿ ਪੋਰਟਰੇਟ ਬਣਾ ਰਹੇ ਨੇ, ਉਹ ਪੋਰਟਰੇਟ ਦੀ ਜਿਹੜੀ ਗੈਲਰੀ ਆ ਉਹ ਅਨਵੇਲ ਕਰਨਗੇ ਸਾਡੇ ਗਵਰਨਰ ਸਾਹਿਬ ਲੁਧਿਆਣਾ। ਹਾਂਜੀ ਹਾਂਜੀ, ਸਮਾਜ ਨੂੰ ਤਵੱਜੋ ਨਹੀਂ ਦਿੱਤੀ ਗਈ, ਉਹ ਇਟਸ ਏ ਪੋਲੀਟੀਕਲ ਕੁਐਸਚਨ। ਮੈਂ ਬਿਰਮੀਤ ਜੀ ਨੂੰ ਕਹੂੰਗਾ ਉਹਦਾ ਜਵਾਬ ਦੇਣ। ਦੇਖੋ ਜੀ, ਤੁਸੀਂ ਕੁਐਸਚਨ ਕੀਤਾ ਸੀ ਕਿ ਸਾਨੂੰ ਲੱਗ ਰਿਹਾ ਕਿ ਸਮਾਜ ਨੂੰ ਤਵੱਜੋ ਨਹੀਂ ਦਿੱਤੀ ਗਈ, ਲੱਗ ਨਹੀਂ ਰਿਹਾ। ਇਹ ਰਿਐਲਿਟੀ ਹੈ ਕਿ ਬਿਲਕੁਲ ਹੀ ਦਿੱਤੀ ਗਈ, ਕਿਉਂਕਿ OBC 42-43% ਹੈ ਪੰਜਾਬ ਦੇ ਵਿੱਚ, ਅਤੇ 53% ਕਰੀਬ ਆਲ ਓਵਰ ਇੰਡੀਆ ਦੇ ਵਿੱਚ ਹੈਗੀ ਹੈ। ਉਹਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਪੋਲੀਟੀਕਲੀ ਸਾਨੂੰ ਘੱਟੋ ਘੱਟ 49 ਸੀਟ ਸਾਨੂੰ ਮਿਲਣੀਆਂ ਚਾਹੀਦੀਆਂ ਇੱਥੇ, ਜਿਸ ਤਰ੍ਹਾਂ 34 SC ਨੂੰ ਦਿੱਤੀਆਂ ਗਈਆਂ ਨੇ, ਪਰ ਸਾਨੂੰ ਮਿਲਦੀਆਂ ਕੀ ਆ 2-4-5। ਉਹ ਦਿੱਤੀਆਂ ਨਹੀਂ ਜਾਂਦੀਆਂ, ਉਹ ਜਿੱਥੇ ਪਾਰਟੀਆਂ ਦੀ ਸਰਕਾਰਾਂ ਦੀ ਮਜਬੂਰੀ ਹੋ ਜਾਂਦੀ ਹੈ, ਪਤਾ ਵੀ ਇਹ ਕੈਂਡੀਡੇਟ ਸਾਡਾ ਜਿੱਤੂ ਨਹੀਂ ਸਕਦਾ, ਉੱਥੋਂ ਉੱਥੇ ਉਹਨਾਂ ਨੂੰ ਐਡਜਸਟ ਕਰਦੇ ਆ। ਅਦਰਵਾਈਜ਼ ਸਾਨੂੰ ਕੋਈ ਰਿਕੁਐਸਟ ਨਹੀਂ ਕਰਦਾ, ਕਿਉਂਕਿ ਉਹਨਾਂ ਨੂੰ ਪਤਾ ਇਸ ਚੀਜ਼ ਦਾ ਕਿ ਇਹ ਜੇ 43% ਪਲੱਸ 34% ਇਕੱਠੇ ਹੋ ਗਏ, 73% ਹੋ ਕੇ 75%, ਇਹ ਮੁੜ ਕੇ ਬਾਕੀਆਂ ਨੂੰ ਲਾਗੇ ਨਹੀਂ ਲੱਗਣ ਦੇਣਗੇ। ਉਹ ਸਾਨੂੰ ਉੱਠਣ ਹੀ ਨਹੀਂ ਦੇ ਰਹੇ।